ਜਿਹੜਾ ਇਹ ਕਿਸਾਨੀ ਬਿੱਲ ਆ ਜੇ ਇਹ ਇਹ ਕਿਤੇ ਅੱਜ ਤਾਂ ਨਹੀਂ ਲੈ ਕੇ ਆਂਦਾ ਗਿਆ ਇਹਦੀ ਇਹਦੀ ਨੀਂਹ ਬਹੁਤ ਪਹਿਲੇ ਰੱਖੀ ਗਈ ਸੀ ਹੁਣ ਤਾਂ ਇਦਾਂ ਲੱਗਦਾ ਹੁੰਦਾ ਕਿ ਮੋਦੀ ਮੀਡੀਆ ਹੀ ਆ ਰਾਹੁਲ ਗਾਂਧੀ ਆਪਣਾ ਤਬਲਾ ਖੜਕਾ ਕੇ ਗਿਆ ਅਕਾਲੀ ਦਲ ਵਾਲੇ ਆਪਣਾ ਤਬਲਾ ਖੜਕਾ ਰਹੇ ਆ ਮੈਨੂੰ ਲੱਗਦਾ ਕਿ ਇਹ ਜਿਹੜਾ ਮੌਕਾ ਇਹ ਪਾਰਟੀਆਂ ਬਾਜ਼ੀਆਂ ਤੋਂ ਵੀ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਨਾਲ ਹੋ ਕੇ ਤੁਰਨ ਦੀ ਗੱਲ ਸੀ ਕਈ ਅਸੀਂ ਰੈਲੀਆਂ ਵਿੱਚ ਦੇਖਿਆ ਸੀ ਨੌਜਵਾਨਾਂ ਨੂੰ ਪੁੱਛਿਆ ਕਿ ਤੁਸੀਂ ਆਏ ਕਿਸ ਕੰਮ ਲਈ ਉਹ ਰੈਲੀ ਕਿਸ ਚੀਜ਼ ਦੀ ਆ ਨਵੇਂ ਜੋਸ਼ ਨੂੰ ਬਰਗਲਾ ਕੇ ਲੈ ਜਾਂਦੇ ਆ ਨਸ਼ੇ ਦਾ ਲਾਲਚ ਦੇ ਕੇ ਲੈ ਜਾਂਦੇ ਆ ਸ਼ਰਾਬ ਦਾ ਲਾਲਚ ਦੇ ਕੇ ਲੈ ਜਾਂਦੇ ਆ ਜਦੋਂ ਅਬਾਨੀ ਅਡਾਨੀ ਕਾਂਗਰਸ 'ਤੇ ਪੈਸਾ ਲਾਉਂਦੇ ਸੀ ਉਦੋਂ ਕਾਂਗਰਸ ਲਈ ਚੰਗੇ ਸੀ ਅੱਜ ਉਹ ਬੀਜੇਪੀ 'ਤੇ ਪੈਸਾ ਲਾ ਰਿਹਾ ਬੀਜੇਪੀ ਲਈ ਚੰਗੇ ਆ ਕਿ ਸਿਆਸਤਦਾਨਾਂ ਤੋਂ ਉੱਪਰ ਉੱਠ ਕੇ ਕਲਾਕਾਰ ਵਾਕਈ ਦਿਲੋਂ ਕਿਸਾਨਾਂ ਦੇ ਨਾਲ ਨੇ ਜਾਂ ਇਹ ਵੀ ਕਿਤੇ ਨਾ ਕਿਤੇ ਆਪਣੀ ਪਬਲਿਸਿਟੀ ਭਾਲਦੇ ਨੇ ਇਹ ਪਬਲਿਸਿਟੀ ਸਟੰਟ ਨਹੀਂ ਹੈ ਧਰਨੇ ਅਲੱਗ ਅਲੱਗ ਲੱਗ ਰਹੇ ਨੇ ਅਲੱਗ ਅਲੱਗ ਸਿੰਗਰ ਅਲੱਗ ਅਲੱਗ ਜਗ੍ਹਾ ਜਾ ਰਹੇ ਨੇ ਇਹ ਸਮਾਂ ਹੁਣ ਇਹ ਨਹੀਂ ਹੈਗਾ ਕਿ ਮੈਂ ਆਪਣੀ ਡਫਲੀ ਖੜਕਾਉਂਦਾ ਫਿਰਾਂ ਕੋਈ ਹੋਰ ਆਪਣੀ ਡਫਲੀ ਖੜਕਾਉਂਦਾ ਫਿਰੇ ਇਹ ਸਮਾਂ ਤਾਂ ਇਕੱਠੇ ਹੋ ਕੇ ਲੜਨ ਦਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੋਵੇ ਨਰਿੰਦਰ ਮੋਦੀ ਉਹਦੇ ਹਰੇਕ ਚੁਰਾਹੇ ਦੇ ਵਿੱਚ ਅੱਜ ਬੁੱਤ ਬਣਾ ਕੇ ਬੱਚੇ ਬੱਚੇ ਉਹਨਾਂ ਦੇ ਜੁੱਤੀਆਂ ਮਾਰ ਰਹੇ दैनिक सवेरा तुसी वेख रहे हो ते मैं हाँ बबिता असी देख रहे हैं कि कुछ दिन पहलां दी अगर मैं गल करां या हुण दी गल करां कि किसानां दे धरने लगातार जारी ने केंद्र सरकार दी अगर गल करां ते केंद्र सरकार दे कन्नां ते जूं तक नहीं सरकदी चाहे कोई भी होवे राहुल गांधी दी अगर गल करां ते राहुल गांधी दौरे ते सीगे तीन दिन दे उहनां दा भी दौरा जिहड़ा खत्म हो चुका है अकाली दल की गल करा तो उन्होंने भी रैलियां कीतियां बीजेपी की गल करा उन्होंने भी रैलियां कीतियां कांग्रेस की गल करा उन्होंने भी रैलियां कीतियां अगर कलाकारां की गल करा तो वह भी किसानों के नाल मोढ़े ना मोढ़ा मिला के खड़े ने अपनी लग्जरी लाइफ नूं छड़ के इसे मुद्दे पर गलबात करने लिए साडे नाल अज मौजूद ने बलराज जी जिन्हां नूं तुसीं बखूबी जाणदे हो जिन्हां दे गीत तुसीं बखूबी सुणदे हो और पसंद करदे हो सो वह भी किसान ने वह भी खड़े ने किसानों के नाल मोढ़े ना मोढ़ा मिला के दुख सुख दे विच ਜਿਵੇਂ ਮੈਂ ਪਹਿਲਾਂ ਕਹਿੰਦੀ ਹਾਂ ਕਿ ਪੰਜਾਬ ਦੇ ਜਿਹੜੇ ਲੋਕ ਨੇ ਜਦੋਂ ਅੰਦੋਲਨ 'ਤੇ ਉਤਰ ਆਉਂਦੇ ਨੇ ਜਦੋਂ ਆਪਣੇ ਹੱਕਾਂ ਲਈ ਖੜ੍ਹੇ ਹੋ ਜਾਂਦੇ ਨੇ ਅਤੇ ਸਾਰਾ ਪੰਜਾਬ ਉਹਨਾਂ ਦੇ ਨਾਲ ਖੜ੍ਹਾ ਹੋ ਜਾਂਦਾ ਹੈ ਚਾਹੇ ਉਹ ਸਿਆਸਤਦਾਨ ਹੋਣ ਅਤੇ ਚਾਹੇ ਹੋਣ ਫਿਰ ਕਲਾਕਾਰ ਸੋ ਬਲਰਾਜ ਜੀ ਦੇ ਨਾਲ ਕਰਦੇ ਹਾਂ ਇਸੇ ਮੁੱਦੇ 'ਤੇ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ 'ਚ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦੀ ਸਾਰੀ ਟੀਮ ਨੂੰ ਸ਼ੁਕਰੀਆ ਮਿਹਰਬਾਨੀ ਕਿਉਂਕਿ ਇੰਟਰਨੈਸ਼ਨਲ ਮੀਡੀਆ ਦੇ ਵਿਰੋਧ ਦੇ ਬਾਵਜੂਦ ਵੀ ਤੁਸੀਂ ਜਿਹੜੀ ਸਾਡੀ ਆਵਾਜ਼ ਹੈ ਇਹ ਕਿਸਾਨਾਂ ਦੀ ਆਵਾਜ਼ ਆ ਲੋਕਾਂ ਤੱਕ ਪਹੁੰਚਾ ਰਹੇ ਹੋ ਤੁਹਾਡੀ ਬਹੁਤ ਮਿਹਰਬਾਨੀ ਆ ਸੋ ਤੁਹਾਡਾ ਅਦਾਰਾ ਵਧਾਈ ਦਾ ਪਾਤਰ ਹੈ ਸੋ ਮੈਂ ਆਸ ਕਰਦਾ ਕਿ ਇਹ ਪੰਜਾਬੀਆਂ ਦੇ ਜਿਹੜੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਹੈ ਤੁਸੀਂ ਇਸੇ ਤਰ੍ਹਾਂ ਲੋਕਾਂ ਤੱਕ ਪਹੁੰਚਾਉਂਦੇ ਰਹੋਗੇ ਇਸੇ ਆਸ ਨਾਲ ਅੱਜ ਤੁਹਾਡੇ ਕੋਲ ਆਏ ਹਾਂ ਬੜੀ ਮਿਹਰਬਾਨੀ ਜੀ ਬਿਲਕੁਲ ਕਿਉਂਕਿ ਇੱਕ ਇਹ ਜ਼ਰੀਆ ਹੁੰਦਾ ਆ ਜਿਹੜਾ ਮੀਡੀਆ ਇੱਕ ਜ਼ਰੀਆ ਆ ਤਾਂ ਕਿ ਅਸੀਂ ਕਿਸਾਨਾਂ ਦੇ ਨਾਲ ਅਸੀਂ ਵੀ ਖੜ੍ਹੇ ਹਾਂ ਪੰਜਾਬ ਦੀ ਗੱਲ ਹੈ ਇਕੱਲੇ ਪੰਜਾਬ ਦੀ ਨਹੀਂ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਦੂਜੇ ਨੈਸ਼ਨਲ ਚੈਨਲ ਨੂੰ ਵੀ ਇਹ ਮੁੱਦਾ ਚੱਕਣਾ ਚਾਹੀਦਾ ਆ ਚਲੋ ਪੰਜਾਬ ਹੀ ਨਹੀਂ ਰਾਹੁਲ ਗਾਂਧੀ ਦੇ ਕਰਕੇ ਹੀ ਇਹ ਮੁੱਦਾ ਉਹ ਚੱਕ ਲੈਂਦੇ ਕਿਉਂਕਿ ਰਾਹੁਲ ਗਾਂਧੀ ਆਏ ਸੀਗੇ ਦੌਰੇ 'ਤੇ ਸੀਗੇ ਤੁਸੀਂ ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਕਿ ਰਾਹੁਲ ਗਾਂਧੀ ਦੀ ਜਿਹੜੀ ਰੈਲੀ ਆ ਉਹ ਸਕਸੈਸਫੁਲ ਹੋਈ ਕਿ ਉਹਨਾਂ ਦੀ ਰੈਲੀ ਦਾ ਅਸਰ ਕੇਂਦਰ ਸਰਕਾਰ 'ਤੇ ਹੋਇਆ ਦੇਖੋ ਗੱਲ ਇਹ ਆ ਕਿ ਇਸ ਟਾਈਮ ਜਿਹੜੇ ਜਿੱਥੇ ਤੱਕ ਮੀਡੀਆ ਦੀ ਭੂਮਿਕਾ ਦਾ ਸਵਾਲ ਹੈ ਜਿਹੜਾ ਹੁਣ ਤਾਂ ਇੱਦਾਂ ਲੱਗਦਾ ਹੁੰਦਾ ਕਿ ਮੋਦੀ ਮੀਡੀਆ ਹੀ ਆ ਅਤੇ ਮੀਡੀਆ ਦੀ ਜਿਹੜੀ ਸੋਚ ਆ ਉਹਨੂੰ ਲੱਗਦਾ ਘੁਣ ਲੱਗ ਗਿਆ ਜਿਹੜੇ ਅੱਛੇ ਪੱਤਰਕਾਰ ਨੇ ਜਿਹੜੀ ਜਿਨ੍ਹਾਂ ਨੇ ਲੋਕਾਂ ਤੱਕ ਗੱਲ ਪਹੁੰਚਾਉਣੀ ਉਹਨਾਂ ਨੂੰ ਚੈਨਲਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਚੁੱਕਾ ਸੋ ਠੀਕ ਹੈ ਹਰੇਕ ਕੋ ਪਾਰਟੀ ਵਾਜੇ ਵਾਲੇ ਆ ਰਹੇ ਆ ਰਾਹੁਲ ਗਾਂਧੀ ਆਪਣਾ ਤਬਲਾ ਖੜਕਾ ਕੇ ਗਿਆ ਅਕਾਲੀ ਦਲ ਵਾਲੇ ਆਪਣਾ ਤਬਲਾ ਖੜਕਾ ਰਹੇ ਆ ਪਰ ਇਹ ਲੱਗਦਾ ਕਿ ਮੈਨੂੰ ਲੱਗਦਾ ਕਿ ਇਹ ਜਿਹੜਾ ਮੌਕਾ ਇਹ ਪਾਰਟੀਆਂ ਬਾਜ਼ੀਆਂ ਤੋਂ ਵੀ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਨਾਲ ਹੋ ਕੇ ਤੁਰਨ ਦੀ ਗੱਲ ਸੀ ਜੇ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਜਿਹੜੀਆਂ ਪੰਜਾਬ ਦੇ ਉੱਤੇ ਰਾਜ ਕਰਦੀਆਂ ਨੇ ਇਹ ਪਾਰਟੀਆਂ ਕਹਿਣਗੇ ਚਲੋ ਅਸੀਂ ਵੀ ਭਾਈ ਅੱਗੇ ਲੱਗਦੇ ਹਾਂ ਤੁਸੀਂ ਸਾਰਾ ਪੰਜਾਬ ਲੱਗੋ ਅੱਗੇ ਚਲੋ ਆਪਾਂ ਜਾ ਕੇ ਉੱਥੇ ਦਿੱਲੀ ਉੱਥੇ ਜਾ ਕੇ ਮੋਦੀ ਸਰਕਾਰ ਦੀ ਉਹਦੀ ਕਹਿੰਦੇ ਹੁੰਦੇ ਉਹਦੇ ਮੂਹਰੇ ਧਰਨਾ ਲਾਈਏ ਉੱਥੇ ਰੋਸ ਮੁਜ਼ਾਹਰਾ ਕਰੀਏ ਪਰ ਇਹ ਕਿੱਥੇ ਆਪਣੀ ਲਗਜ਼ਰੀ ਲਾਈਫ ਤੁਸੀਂ ਦੇਖੋ ਜਿਹੜੇ ਅਕਾਲੀ ਦਲ ਆ
चाहे कांग्रेस वाले आ जे अकाली दल ने रैलियां कढ़िया उन्होंने अपने लीडरां लई आलीशान व्हीकल बनाए उन्होंने लिए जिहदे विच बैठ के गए तो राहुल गांधी साहब आए जी वह भी अपना तुसीं देखो कि ट्रैक्टर के उत्ते सोफे लगे आ क्योंकि इन्हां दी जिहड़ी लग्जरी लाइफ आ वह ये छड्ड नहीं सकते ये बस इन्हां दे कहिंदे हुंदे हाथी दे खाण वाले दंद होर ते दिखाउण वाले होर आ जे इन्हां दी सोच सही होवे तां फिर मैनूं लगदा कि ये सानूं जिहड़े किसान मजदूर जिहड़ियां उन्हां दीआं देखो बजुर्ग औरतां ਪੈਣਾ ਮਤਾਮਾ ਜਿਹੜੀਆਂ ਸਾਰੇ ਸੜਕਾਂ 'ਤੇ ਬੈਠੇ ਉਹਨੂੰ ਸੜਕਾਂ 'ਤੇ ਬੈਠਣ ਦੀ ਕੀ ਲੋੜ ਹੈ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਹਾਂ ਇਸ ਆਸ ਨਾਲ ਕਿ ਸ਼ਾਇਦ ਇਹ ਸਾਡੇ ਕੰਮ ਜਿਹੜੇ ਸਾਡੇ ਹੱਕ ਦੇ ਮੁੱਦੇ ਲੋਕਾਂ ਤੱਕ ਪਹੁੰਚਾਉਣਗੇ ਪਰ ਨਹੀਂ ਐਂਡ 'ਤੇ ਕੀ ਮਿਲਦਾ ਧੋਖਾ ਇਹ ਫਿਕਸ ਮੈਚ ਆ ਇੱਕ ਫਿਕਸ ਮੈਚ ਦੀ ਭੂਮਿਕਾ ਨਿਭਾ ਰਿਹਾ ਮੈਨੂੰ ਨਹੀਂ ਲੱਗਦਾ ਕਿ ਇਹ ਸ਼ਾਇਦ ਲੋਕਾਂ ਦੀ ਗੱਲ ਕਰਨ ਤਾਂ ਐਡਾ ਵੱਡਾ ਮੁੱਦਾ ਖੜ੍ਹਾ ਨਾ ਹੁੰਦਾ ਪਰ ਇਹ ਸਿਰਫ ਇੱਕ ਫਿਕਸ ਮੈਚ ਆ ਕਿਉਂਕਿ ਜਿਹੜਾ ਇਹ ਕਿਸਾਨੀ ਬਿੱਲ ਆ ਜੇ ਇਹ ਇਹ ਕਿਤੇ ਅੱਜ ਤਾਂ ਨਹੀਂ ਲੈ ਕੇ ਆਉਂਦਾ ਗਿਆ ਇਹਦੀ ਇਹਦੀ ਨੀਂਹ ਬਹੁਤ ਪਹਿਲਾਂ ਰੱਖੀ ਗਈ ਸੀ ਕਿਉਂਕਿ ਇਹ ਸਾਡੇ ਜਿਹੜੀ ਚਾਹੇ ਬੀਜੇਪੀ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਇਹਨਾਂ ਦਾ ਏਜੰਡਾ ਇੱਕ ਆ ਬੀਜੇਪੀ ਇੱਕ ਧਰਮ ਦੇ ਆਧਾਰ 'ਤੇ ਪਾਰਟੀ ਆ ਕਾਂਗਰਸ ਆਪਣੇ ਆਪ ਨੂੰ ਧਰਮ ਨਿਰਪੱਖਤਾ ਕਹਿੰਦੀ ਆ ਪਰ ਇਹ ਸਾਰੇ ਜਿਹੜੇ ਆ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਨੇ ਅੰਬਾਨੀਆਂ ਦੇ ਅਡਾਨੀਆਂ ਦੇ ਗੁਲਾਮ ਨੇ ਜਦੋਂ ਅੰਬਾਨੀ ਅਡਾਨੀ ਕਾਂਗਰਸ 'ਤੇ ਪੈਸਾ ਲਾਉਂਦੇ ਸੀ ਉਦੋਂ ਕਾਂਗਰਸ ਲਈ ਚੰਗੇ ਸੀ ਅੱਜ ਉਹ ਬੀਜੇਪੀ 'ਤੇ ਪੈਸਾ ਲਾ ਰਿਹਾ ਬੀਜੇਪੀ ਲਈ ਚੰਗੇ ਆ ਗਲਤ ਇਹੀ ਆ ਕਿ ਮੈਚ ਇਹ ਫਿਕਸ ਆ ਲੋਕਾਂ ਨੂੰ ਇਹ ਗੱਲ ਹੁਣ ਸਮਝ ਆ ਗਈ ਹੈ ਕਿ ਮੈਚ ਫਿਕਸ ਹੋ ਚੁੱਕਾ ਇਹਦੇ ਉੱਤੋਂ ਇਹ ਤੋਂ ਪਾਰਟੀਆਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਅੱਜ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਰਿਹਾ ਸੋ ਇਸ ਦੇ ਲਈ ਮੈਂ ਸਾਰੇ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅੱਛਾ ਤੁਸੀਂ ਸਿਆਸਤਦਾਨਾਂ ਦੀ ਗੱਲ ਕੀਤੀ ਅਸੀਂ ਦੇਖਿਆ ਸਮਾਣਾ ਦੇ ਵਿੱਚ ਅਸੀਂ ਗਏ ਸੀਗੇ ਰੈਲੀ ਸੀਗੀ ਰਾਹੁਲ ਗਾਂਧੀ ਦੀ ਹੋਰ ਵੀ ਜਗ੍ਹਾ 'ਤੇ ਸਾਡੀ ਟੀਮ ਬਰਕਰਾਰ ਸੀਗੀ ਲੇਕਿਨ ਜਿੱਥੇ ਮੈਂ ਅਵੇਲੇਬਲ ਸੀ ਸਮਾਣਾ ਦੇ ਵਿੱਚ ਉੱਥੇ ਦੇਖਿਆ ਕਿ ਲਗਜ਼ਰੀ ਲਾਈਫ ਤਾਂ ਉਹ ਇੱਥੇ ਵੀ ਆ ਕੇ ਉਹਨਾਂ ਨੇ ਕੀਤੀ ਆ ਕਿ ਉਹਨਾਂ ਦੇ ਟਰੈਕਟਰ ਦੇ ਉੱਤੇ ਸੋਫੇ ਲੱਗੇ ਹੋਏ ਸੀਗੇ ਕਿ ਮਜ਼ੇ ਨਾਲ ਉਹ ਬੈਠੇ ਸੀਗੇ ਅਤੇ ਨਾਲ ਹੀ ਨਾਲ ਕਿਤੇ ਨਾ ਕਿਤੇ ਉਹ ਗੱਡੀ 'ਚ ਵੀ ਸਫ਼ਰ ਕਰ ਰਹੇ ਸੀਗੇ ਰੈਲੀ ਕਿਹਾ ਗਿਆ ਟਰੈਕਟਰ ਰੈਲੀ ਹੈ ਲੇਕਿਨ ਫਿਰ ਵੀ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਸਫ਼ਰ ਕੀਤਾ ਨਾਲ ਹੀ ਨਾਲ ਉੱਥੇ ਝੰਡਿਆਂ ਦੀ ਗੱਲ ਕਰਾਂ ਅਤੇ ਰੈਲੀ ਦੇ ਵਿੱਚ ਝੰਡੇ ਜਿਹੜੇ ਕਾਂਗਰਸ ਦੇ ਬਖੂਬੀ ਬਹੁਤ ਸਾਰੇ ਨਜ਼ਰ ਆ ਰਹੇ ਸੀ ਜਿਹੜੀ ਕਿ ਅਸੀਂ ਖਬਰ ਵੀ ਨਸ਼ਰ ਕੀਤੀ ਸੀਗੀ ਆਪਣੇ ਚੈਨਲ 'ਤੇ ਕਿ ਇਹ ਕਿਸਾਨਾਂ ਦੀ ਰੈਲੀ ਘੱਟ ਅਤੇ ਕਾਂਗਰਸ ਦੀ ਰੈਲੀ ਜ਼ਿਆਦਾ ਨਜ਼ਰ ਆ ਰਹੀ ਸੀ ਉੱਥੇ ਇਹੀ ਗੱਲ ਆ ਨਾ ਤੁਸੀਂ ਦੇਖੋ ਜਦੋਂ 25 ਤਰੀਕ ਨੂੰ ਆਲ ਇੰਡੀਆ ਕਿਸਾਨ ਸਭਾ ਨੇ ਬੰਦ ਦਾ ਐਲਾਨ ਕੀਤਾ ਉਹ ਜਿਹੜਾ ਬੰਦ ਸੀਗਾ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸੀ ਅਸੀਂ ਇੱਥੇ ਫਲੋਰ ਆਏ ਤਾਂ ਇੱਥੇ ਅਕਾਲੀਆਂ ਨੇ ਆਪਣਾ ਪੰਥ ਸਜਾਇਆ ਹੋਇਆ ਸੀ ਉਹ ਆਪਣੇ ਇੱਥੇ MLA ਜਿਹੜੇ ਸੀਗੇ ਹੁਣ ਇਸ ਟਾਈਮ ਮੌਜੂਦਾ MLA ਖਹਿਰਾ ਸਾਹਿਬ ਉਹ ਖਾਲੀ ਆਟੋ ਸੀ ਅਸੀਂ ਦੇਖਿਆ ਉਹਦੇ ਵਿੱਚ ਭਈਏ ਬਿਠਾਲੇ ਹੋਏ ਸੀ ਕੋਈ ਬੰਦਾ ਵੀ ਨਹੀਂ ਸੀ ਨਾਲ ਤੁਰ ਰਿਹਾ ਸੋ ਇਹ ਜਿਹੜਾ ਇਹਨਾਂ ਦਾ ਨਾ ਪੋਲੀਟੀਸ਼ੀਅਨਾਂ ਦਾ ਚਾਹੇ ਅਕਾਲੀ ਆ ਚਾਹੇ ਕਾਂਗਰਸ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਆ ਅਤੇ ਤੁਸੀਂ ਇਹ ਦੇਖੋ ਚਾਹੇ ਪੰਜਾਬ ਦੇ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗ ਗਈ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਲੋਕਾਂ ਦਾ ਭਲਾ ਕਰ ਦੇਵੇਗੀ ਤੁਸੀਂ ਦੇਖੋ ਉਹ ਵੀ ਜਿਹੜਾ ਕੇਜਰੀਵਾਲ ਆ ਨਾ ਬੇਸਿਕਲੀ ਉਹ ਬਾਣੀਆਂ ਮਤ ਦਾ ਲੋਕ ਆ ਉਹਦੀ ਸੋਚ ਹੈ ਤੁਸੀਂ ਦੇਖੋ ਜੇ ਉਹਦੀ ਸੋਚ ਅਤੇ ਨੀਤ ਸਾਫ਼ ਹੁੰਦੀ ਜਿਹੜੇ ਉੱਥੇ ਦੰਗੇ ਹੋਏ ਆ ਉਹ ਕਹਿੰਦਾ ਮੈਂ ਦਿੱਲੀ ਦੇ ਵਿੱਚ ਥਾਂ ਥਾਂ ਕੈਮਰੇ ਲਵਾਤੇ ਉਹ ਦੰਗਿਆਂ ਵੇਲੇ ਉਹ ਕੈਮਰੇ ਕਿੱਥੇ ਗਏ ਉਹ ਕੈਮਰਿਆਂ ਦੀ ਫੋਟੋ 'ਚ ਕਿੱਥੇ ਗਈ ਸਭ ਫਿਕਸ ਮੈਚ ਹੈ ਉਹੀ ਕਹਿਣ ਦਾ ਮਤਲਬ ਹੈ ਕਿ ਇਹ ਕਿਤੇ ਨਾ ਕਿਤੇ ਸਿਆਸਤਦਾਨ ਜਿਹੜੇ ਕਿਸਾਨਾਂ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ ਖੜੇ ਨੇ ਕਿਤੇ ਨਾ ਕਿਤੇ ਮੈਂ ਉਹੀ ਕਹਿੰਦੀ ਹੁੰਦੀ ਕਿ ਆਪਣੇ ਮਤਲਬ ਨੂੰ ਜ਼ਰੂਰ ਖੜੇ ਨੇ ਸ਼ਾਇਦ 2022 ਦੇ ਇਲੈਕਸ਼ਨਾਂ ਦੇ ਕਰਕੇ ਖੜੇ ਨੇ ਔਰ ਕਿਤੇ ਨਾ ਕਿਤੇ ਆਪਣੀ ਕੁਰਸੀ ਵੀ ਬਿਛਾ ਰਹੇ ਬਿਲਕੁਲ ਜੀ ਇਹ ਮਸਲਾ 2022 ਦਾ ਹੀ ਆ ਭਈ ਫਿਰ ਲੋਕਾਂ ਨੂੰ ਕਹਿਣਗੇ ਆਓ ਜੀ ਅਸੀਂ ਆਹ ਕਰ ਦਿਆਂਗੇ ਅਸੀਂ 2 ਕਰੋੜ ਨੌਕਰੀ ਦੇ ਦਿਆਂਗੇ ਨਹੀਂ ਜੀ ਅਸੀਂ ਘਰ ਘਰ ਨੌਕਰੀ ਦੇ ਦਿਆਂਗੇ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਅਸਲ 'ਚ ਲੋਕਾਂ ਨੂੰ ਹੁਣ ਸਮਝਣਾ ਪਏਗਾ ਕਿ ਅਸੀਂ ਹਰੇਕ ਵਾਰੀ ਸਾਡੇ ਨਾਲ ਮਜ਼ਾਕ ਹੁੰਦਾ ਹਰੇਕ ਵਾਰੀ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਲੋਕਾਂ ਨੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਤਾਦਾਦ ਵਿੱਚ ਵੋਟਾਂ ਪਈਆਂ ਲੋਕਾਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ 1000 ਕਰੋੜ ਰੁਪਈਆ NRIs ਨੇ ਫੰਡ ਦਾ ਪਾਇਆ ਕਿੱਥੇ ਗਿਆ ਖਤਮ ਕਿਉਂਕਿ ਉਸ ਵੇਲੇ ਵੀ ਅਸੀਂ ਮੈਂ ਉਸ ਵੇਲੇ ਵੀ ਕਹਿੰਦਾ ਹੁੰਦਾ ਸੀ ਕਿ ਪਾਰਟੀ ਤਾਂ ਜ਼ਰੂਰ ਕਹਿੰਦੇ ਹੁੰਦੇ ਆ ਕਿ ਮੈਂ ਕਿਹਾ ਥੱਲੇ ਧੜਾਂ ਉਹੀ ਨੇ ਸਿਰਫ ਕੱਪੜੇ ਬਦਲੇ ਆ ਉਹੀ ਅਕਾਲੀਆਂ ਅਤੇ ਕਾਂਗਰਸੀਆਂ 'ਚੋਂ ਕੱਢੇ ਹੋਏ ਬੰਦੇ ਨੇ ਇਹਨਾਂ ਨੂੰ ਟਿਕਟਾਂ ਦੇ ਤੀਆਂ ਅਤੇ ਇਹ ਜਿਹੜਾ ਫੇਸ ਉਹੀ ਆ ਜਾਂਦਾ ਕਿ ਫਿਕਸ ਮੈਚ ਵਾਲੀ ਗੱਲ ਆ ਇਹ ਸਭ ਫਿਕਸ ਮੈਚ ਆ ਇਸ ਕਰਕੇ ਹੁਣ ਲੋਕ ਜਿਹੜੇ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਖੜ੍ਹੇ ਆ ਉਹ ਲੋਕ ਉਹ ਖੜ੍ਹੇ ਆ ਜਿਹੜੇ ਸੱਚੀ ਚਾਹੁੰਦੇ ਆ ਕਿ ਇਹ ਬਿੱਲ ਵਾਪਸ ਹੋਵੇ ਨਹੀਂ ਤਾਂ ਠੀਕ ਆ ਅੱਜ ਕੱਲ੍ਹ ਰਿਵਾਜ਼ ਬਣਾ ਲਿਆ ਇਹਨਾਂ ਨੇ ਪੋਲੀਟੀਸ਼ੀਅਨਾਂ ਨੇ ਨਵੇਂ ਯੂਥ ਨੂੰ ਬਰਗਲਾ ਕੇ ਲੈ ਜਾਂਦੇ ਆ ਨਸ਼ੇ ਦਾ ਲਾਲਚ ਦੇ ਕੇ ਲੈ ਜਾਂਦੇ ਆ ਸ਼ਰਾਬ ਦਾ ਲਾਲਚ ਦੇ ਕੇ ਲੈ ਜਾਂਦੇ ਆ ਆ ਜੋ ਉਹੀ ਮੁੰਡੇ ਹੁੰਦੇ ਆ ਜੀ ਕਾਂਗਰਸ ਦੀ ਰੈਲੀ ਚੱਲ ਜਾਂਦੇ ਉਹੀ ਅਕਾਲੀਆਂ ਦੀ ਚੱਲ ਜਾਂਦੇ ਆ ਇਹ ਸਾਰਾ ਯੂਥ ਨੂੰ ਵਿਗਾੜ ਰਿਹਾ
ਨਾ ਕਿ ਸਹੀ ਪਾਸੇ ਨਹੀਂ ਜਾ ਰਹੇ ਪਰ ਹਾਂ ਜੀ ਨੌਜਵਾਨਾਂ ਦੀ ਤੁਸੀਂ ਗੱਲ ਕੀਤੀ ਹੈ ਤੇ ਨੌਜਵਾਨਾਂ ਦੀ ਗੱਲ ਚੱਲ ਰਹੀ ਕੀ ਲੱਗਦਾ ਹੈ ਨੌਜਵਾਨ ਅਵੇਅਰ ਹੋਏ ਨੇ ਕਈ ਅਸੀਂ ਰੈਲੀਆਂ ਵਿੱਚ ਦੇਖਿਆ ਸੀ ਨੌਜਵਾਨਾਂ ਨੂੰ ਪੁੱਛਿਆ ਕਿ ਤੁਸੀਂ ਆਏ ਕਿਸ ਕੰਮ ਲਈ ਹੋ ਰੈਲੀ ਕਿਸ ਚੀਜ਼ ਦੀ ਆ ਕਿਹੜੇ ਬਿੱਲ ਪਾਸ ਹੋਏ ਨੇ ਜਾਂ ਕਿਹੜੇ ਬਿੱਲ ਨਹੀਂ ਪਾਸ ਹੋਏ ਕਿਸ ਚੀਜ਼ ਤੋਂ ਨਾਰਾਜ਼ ਹੋ ਲੇਕਿਨ ਕਿਸੇ ਨੌਜਵਾਨ ਨੂੰ ਜ਼ਿਆਦਾਤਰ ਨੌਜਵਾਨਾਂ ਨੂੰ ਨਹੀਂ ਸੀ ਪਤਾ ਕੀ ਲੱਗਦਾ ਹੌਲੀ ਹੌਲੀ ਇਸ ਚੀਜ਼ ਦਾ ਲੋਕਾਂ ਨੂੰ ਪਤਾ ਚੱਲਿਆ ਨੌਜਵਾਨਾਂ ਨੂੰ ਅਵੇਅਰ ਹੋਏ ਨੇ ਕਿਉਂਕਿ ਤੁਸੀਂ ਵੀ ਹੁਣੇ ਧਰਨੇ ਤੋਂ ਆਏ ਹੋ ਬਿਲਕੁਲ ਜੀ ਦੇਖੋ ਤੁਸੀਂ ਯੂਥ ਬਹੁਤ ਵੱਡੀ ਤਾਦਾਦ ਵਿੱਚ ਧਰਨਿਆਂ ਦੇ ਵਿੱਚ ਆ ਰਿਹਾ ਹੁਣ ਉਹਨਾਂ ਨੂੰ ਗੱਲ ਸਮਝ ਲੱਗ ਰਹੀ ਆ ਕਿਉਂਕਿ ਪ੍ਰੋਬਲਮ ਕਿੱਥੇ ਆ ਜਾਂਦੀ ਆ ਸਿੱਖਿਆ ਦਾ ਮਤਲਬ ਸਾਰੇ ਵਿੱਚ ਸਿੱਖਿਆ ਦੀ ਕਮੀ ਆ ਜਿਹੜੀ ਕਹਿ ਲਓ ਕਿ ਦੇਖੋ ਤੁਸੀਂ ਹਿੰਦੁਸਤਾਨ ਦੀ ਤ੍ਰਾਸਟੀ ਆ ਕਿ ਇੱਥੇ ਜਿਹੜੀ ਡੀ ਏ ਵੀ ਸਕੂਲ ਦੀ ਸੰਸਥਾ ਉਹ ਇੱਕ ਹਿੰਦੂ ਧਰਮ ਨਾਲ ਜੁੜੀ ਹੋਈ ਆ ਜਿਹੜੀ ਸੈਨ ਸੋਲਜਰ ਸਕੂਲ ਆ ਉਹ ਈਸਾਈ ਮਤ ਨਾਲ ਜੁੜੇ ਹੋਏ ਆ ਮੁਸਲਮਾਨਾਂ ਨੇ ਆਪਣੇ ਮਦਰੱਸੇ ਖੋਲ੍ਹੇ ਹੋਏ ਆ ਅਤੇ ਅਕਾਲ ਅਕੈਡਮੀਆਂ ਬਣੀਆਂ ਹੋਈਆਂ ਨੇ ਇਹ ਸਾਰੇ ਆਪੋ ਆਪਣੇ ਧਰਮਾਂ ਦਾ ਪ੍ਰਚਾਰ ਕਰਦੇ ਆ ਵਿੱਦਿਆ ਤਾਂ ਕਿਤੇ ਵੀ ਨਹੀਂ ਵੰਡੀ ਜਾ ਰਹੀ ਵਿੱਦਿਆ ਤਾਂ ਦਾਦਾ ਵਪਾਰੀਕਰਨ ਹੋ ਚੁੱਕਾ ਤੁਸੀਂ ਦੇਖੋ ਇੱਕ ਲੱਡੂ ਵੇਚਣ ਵਾਲਾ ਬੰਦਾ ਲਵਲੀ ਇੰਸਟੀਚਿਊਟ ਦਾ ਮਾਲਕ ਇੱਕ ਲੱਡੂ ਵੇਚਣ ਵਾਲਾ ਬੰਦਾ ਉਹਨੂੰ ਕੀ ਪਤਾ ਵਿੱਦਿਆ ਦਾ ਉਹ ਤਾਂ ਵਪਾਰੀ ਨੇ ਉਹ ਤਾਂ ਵਪਾਰ ਕਰਦੇ ਨੇ ਆਪਣਾ ਬਸ ਕਿੰਨੇ ਸਟੂਡੈਂਟ ਆ ਰਹੇ ਨੇ ਕਿੰਨਾ ਪੈਸਾ ਕਰੋੜਾਂ ਦੀ ਤਾਦਾਦ ਵਿੱਚ ਇਕੱਠਾ ਹੋ ਰਿਹਾ ਜਿਹੜੀ ਪੜ੍ਹਾਈ ਦਾ ਜਿਹੜਾ ਅਸਲੀ ਮਤਲਬ ਸੀ ਉਹ ਸਾਰਾ ਲੋਕਾਂ ਦੇ ਵਿੱਚ ਉਹ ਤੁਸੀਂ ਦੇਖੋ ਆਰ ਐੱਸ ਐੱਸ ਦੀ ਸੋਚ ਨੇ ਸਾਡੀ ਸਿੱਖਿਆ ਨੀਤੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆਤਾ ਜਿਹੜੀਆਂ ਗੱਲਾਂ ਸਾਡੇ ਇਤਿਹਾਸ ਵਿੱਚ ਹੋਈਆਂ ਹੀ ਨਹੀਂ ਉਹਨਾਂ ਨੂੰ ਧੱਕੇ ਦੇ ਨਾਲ ਲੋਕਾਂ ਦੇ ਮੂਹਰੇ ਪਰੋਸਿਆ ਜਾ ਰਿਹਾ ਇਹ ਇੱਕ ਵਿੱਦਿਆ ਦੀ ਕਮੀ ਕਹਿ ਲਓ ਹੌਲੀ ਹੌਲੀ ਹੁਣ ਜਿੰਨੇ ਵੀ ਯੂਥ ਮੁੰਡੇ ਗੱਭਰੂ ਜਵਾਨ ਕੁੜੀਆਂ ਵੀ ਮੈਂ ਦੇਖਿਆ ਮਾਲਵੇ ਵਿੱਚ ਆਈਆਂ ਉਹਨਾਂ ਨੂੰ ਪਤਾ ਲੱਗ ਰਿਹਾ ਉਹ ਇਹਨੂੰ ਬਿੱਲ ਨੂੰ ਪੂਰਾ ਆਵਾਜ਼ ਕਰ ਰਿਹਾ ਸਰਚ ਕਰ ਰਿਹਾ ਉਹਨਾਂ ਦੀ ਲੱਗ ਰਿਹਾ ਉਹਨਾਂ ਨੂੰ ਪਤਾ ਕਿ ਸਾਡੇ ਹੁਣ ਗਲੇ ਨੂੰ ਆ ਪਾਇਆ ਸਾਨੂੰ ਇਸ ਲਈ ਸਾਰੇ ਇਕੱਠਾ ਹੋਣਾ ਪਊਗਾ ਅਤੇ ਹੋਰ ਹੈ ਜੀ ਅਗਰ ਇਹੀ ਚੀਜ਼ਾਂ ਪਹਿਲਾਂ ਹੋ ਜਾਂਦੀਆਂ ਕਿਉਂਕਿ ਤੁਸੀਂ ਕਿਹਾ ਕਿ ਕਾਫੀ ਪਹਿਲਾਂ ਤੋਂ ਇਹ ਜਿਹੜੇ ਬਿੱਲ ਨੇ ਅਸੀਂ ਭੇਜੇ ਹੋਏ ਸੀਗੇ ਪਾਸ ਹੋਣ ਲਈ ਅਗਰ ਇਹੀ ਚੀਜ਼ਾਂ ਪਹਿਲਾਂ ਹੁੰਦੀਆਂ ਧਰਨੇ ਪ੍ਰਦਰਸ਼ਨ ਪਹਿਲਾਂ ਹੁੰਦੇ ਸਾਡੇ ਹੱਕਾਂ ਦੀ ਆਵਾਜ਼ ਪਹਿਲਾਂ ਕੇਂਦਰ ਸਰਕਾਰ ਸੁਣ ਲੈਂਦਾ ਤੇ ਅੱਜ ਜਿਹੜੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਉਹ ਸ਼ਾਇਦ ਨਾ ਕਰਦੇ ਔਰ ਸਾਡਾ ਜਿਹੜਾ ਕਿਸਾਨੀ ਆ ਉਹ ਬਰਕਰਾਰ ਰਹਿੰਦੀ ਬਿਲਕੁਲ ਜੀ ਇਹ ਜਦੋਂ ਬਿੱਲ ਕਾਂਗਰਸ ਦੀ ਸਰਕਾਰ ਵੇਲੇ ਬਣਿਆ ਸੀ ਕਿਉਂਕਿ ਉਹ ਸਪਸ਼ਟ ਬਹੁਮਤ ਵਿੱਚ ਨਹੀਂ ਸਨ ਉਸ ਵੇਲੇ ਉਹਨਾਂ ਨੂੰ ਬਾਹਰੋਂ ਪਾਰਟੀਆਂ ਦੀ ਹਮਾਇਤ ਸੀ ਇਸ ਕਰਕੇ ਉਹ ਬਿੱਲ ਪਾਸ ਨਹੀਂ ਕਰ ਸਕੇ ਨਹੀਂ ਤਾਂ ਸ਼ਾਇਦ ਉਹ ਵੀ ਕਰ ਜਾਂਦੇ ਇਹ ਉਸ ਵੇਲੇ ਪੂਰਾ ਜਿੰਨਾ ਓਪੋਜੀਸ਼ਨ ਸੀ ਉਹਨਾਂ ਪੂਰਾ ਡਟ ਕੇ ਵਿਰੋਧ ਕੀਤਾ ਉਸ ਟਾਈਮ ਦੀ ਬੀਜੇਪੀ ਸਰਕਾਰ ਨੇ ਵੀ ਇਸ ਬਿੱਲ ਦਾ ਵਿਰੋਧ ਕੀਤਾ ਪਰ ਅੱਜ ਬੀਜੇਪੀ ਸਪਸ਼ਟ ਬਹੁਮਤ ਵਿੱਚ ਆ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਉਹਨਾਂ ਨੇ ਲੋਕ ਸਭਾ ਵਿੱਚ ਤਾਂ ਉਹਨਾਂ ਕੋਲ ਮੈਜੋਰਟੀ ਸੀ ਰਾਜ ਸਭਾ ਵਿੱਚ ਮੈਜੋਰਟੀ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਧੱਕੇ ਨਾਲ ਇਹ ਬਿੱਲ ਪਾਸ ਕਰ ਦਿੱਤਾ ਅੱਛਾ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੱਦਾਂ ਦੇਖਦੇ ਹੋ ਤੁਸੀਂ ਸਾਰੇ ਕਲਾਕਾਰ ਤੁਸੀਂ ਲੋਕ ਆਪਣੀ ਲਗਜ਼ਰੀ ਲਾਈਫ ਛੱਡ ਕੇ ਅਖਾੜਿਆਂ ਦੇ ਵਿੱਚ ਤੁਸੀਂ ਬਖੂਬੀ ਲੋਕਾਂ ਦੇ ਰੂਬਰੂ ਹੁੰਦੇ ਸੀ ਲੇਕਿਨ ਹੁਣ ਤੁਸੀਂ ਇੱਕ ਕਿਸਾਨ ਬਣ ਕੇ ਉਹਨਾਂ ਦੇ ਵਿੱਚ ਬਹਿੰਦੇ ਹੋ ਥੱਲੇ ਜ਼ਮੀਨ 'ਤੇ ਬਹਿੰਦੇ ਹੋ ਸਾਰੇ ਕਲਾਕਾਰ ਇਕੱਠੇ ਹੋਏ ਨੇ ਕੀ ਲੱਗਦਾ ਕਿ ਸਿਆਸਤਦਾਨਾਂ ਤੋਂ ਉੱਪਰ ਉੱਠ ਕੇ ਕਲਾਕਾਰ ਵਾਕਈ ਦਿਲੋਂ ਕਿਸਾਨਾਂ ਦੇ ਨਾਲ ਨੇ ਜਾਂ ਇਹ ਵੀ ਕਿਤੇ ਨਾ ਕਿਤੇ ਆਪਣੀ ਪਬਲਿਸਿਟੀ ਭਾਲਦੇ ਨੇ ਨਹੀਂ 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 ਜੀ ਕਿਸਾਨੀ ਹੁਣ ਮੈਂ ਜੇ ਮੈਂ ਗਾ ਰਿਹਾ ਮੈਂ ਲੋਕਾਂ ਦਾ ਇੰਟਰਟੇਨਮੈਂਟ ਕਰ ਰਿਹਾ ਪਰ ਮੈਂ ਇਹਦੇ ਬਾਵਜੂਦ ਮੈਂ ਇੱਕ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦਾ ਮੈਂ ਖੇਤੀ ਅੱਜ ਵੀ ਆਪ ਕਰਦਾ ਇਹ ਪਬਲਿਸਿਟੀ ਸਟੰਟ ਨਹੀਂ ਹੈ ਜੇ ਪਬਲਿਸਿਟੀ ਸਟੰਟ ਹੁੰਦਾ ਤਾਂ ਫਿਰ ਮੈਨੂੰ ਮੈਂ ਵੀ ਇੱਕ ਵੈਸੇ ਘਰ ਬੈਠਾ ਬਿਆਨ ਦੇ ਸਕਦਾ ਸੀ ਮੈਂ ਆ ਕੇ ਧਰਨੇ 'ਚ ਨਾ ਬਹਿੰਦਾ ਮੈਨੂੰ ਪਤਾ ਜੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਜੇ ਇੱਥੇ ਕਿਸਾਨ ਖੁਸ਼ਹਾਲ ਆ ਤਾਂ ਮਜ਼ਦੂਰ ਖੁਸ਼ਹਾਲ ਹੋਵੇਗਾ ਮਜ਼ਦੂਰ ਖੁਸ਼ਹਾਲ ਹੋਵੇਗਾ ਤਾਂ ਬਾਜ਼ਾਰ ਦਾ ਦੁਕਾਨ ਸਾਰਾ ਉਹ ਪੈਸਾ ਤਾਂ ਉਹੀ ਸਰਕੂਲੇਟ ਹੋਣਾ ਹੁੰਦਾ ਅਤੇ ਸਾਨੂੰ ਪ੍ਰੋਗਰਾਮ ਵੀ ਤਾਂ ਇੱਥੋਂ ਹੀ ਮਿਲਣੇ ਨੇ ਜੇ ਕਿਸਾਨੀ ਡੁੱਬ ਗਈ ਫਿਰ ਤਾਂ ਸਾਰਾ ਡੁੱਬ ਗਿਆ ਉਹਨਾਂ ਨੇ ਇਸ ਵਾਰੀ ਜਿਹੜਾ ਹੱਥ ਹੀ ਆਰ ਐੱਸ ਐੱਸ ਦੀ ਜਿਹੜੀ ਸੋਚ ਆ ਨਾ ਬੀਜੇਪੀ ਦੀ ਸੋਚ ਨੇ ਹੱਥ ਹੀ ਕਹਿੰਦੇ ਹੁੰਦੇ ਹੁਣ ਕਿ ਆ ਕੇ ਪੱਗ ਨੂੰ ਹੀ ਪਾ ਲਿਆ ਅਤੇ ਇਹ 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 ਮੇਰੇ ਇੱਕ ਦਾ ਨਹੀਂ ਮੁੱਦਾ ਹੈ ਇਹ ਹਰੇਕ ਪੰਜਾਬ ਦੇ ਹਰੇਕ ਜੋ ਵੀ ਇੱਥੇ ਪੰਜਾਬ 'ਚ ਰਹਿ ਰਿਹਾ ਉਹਦੇ ਨਾਲ ਜੁੜਿਆ ਹੋਇਆ ਮਸਲਾ ਜੇ ਅੱਜ ਨਾ ਅਸੀਂ ਇਕੱਠੇ ਹੋਏ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਬਟ ਕਿਤੇ ਨਾ ਕਿਤੇ ਸਾਰੇ ਇਕੱਠੇ ਤਾਂ ਹੁੰਦੇ ਆ ਲੇਕਿਨ ਵਿੱਚੋਂ ਵਿੱਚ ਆਪਸ 'ਚ ਇਹ ਇਹਨਾਂ 'ਚ ਲੜੀ ਵੀ ਜਾਂਦੇ ਆ ਅਸੀਂ ਦੇਖਿਆ ਕਿ ਧਰਨੇ ਅਲੱਗ ਅਲੱਗ ਲੱਗ ਰਹੇ ਨੇ ਅਲੱਗ ਅਲੱਗ ਸਿੰਗਰ ਅਲੱਗ ਅਲੱਗ ਜਗ੍ਹਾ ਜਾ ਰਹੇ ਨੇ ਦੀਪ ਸਿੱਧੂ ਕੁਛ ਹੋਰ ਕਹਿ ਰਿਹਾ ਜਸ ਬਾਜਵਾ ਕੁਝ ਹੋਰ ਕਹਿ ਰਿਹਾ ਆਪਸ 'ਚ ਇਹਨਾਂ ਦੀ ਅੰਡਰਸਟੈਂਡਿੰਗ ਕਿਸੇ 'ਚ ਨਹੀਂ ਹੈਗੀ ਥੋੜ੍ਹੇ ਬਹੁਤੇ ਵਿਚਾਰਕ ਮਤਭੇਦ ਹੋ ਸਕਦੇ ਆ ਪਰ ਮਿਸ਼ਨ ਸਾਰਿਆਂ ਦਾ ਇੱਕ ਆ ਸੋ ਉਹ ਵੀ ਆਪਣੇ ਆਪ ਜਗ੍ਹਾ ਉੱਪਰ ਆਪਣੀ ਜਗ੍ਹਾ ਲੱਗੇ ਨੇ ਸੋ ਮੈਂ ਬੇਨਤੀ ਕਰਦਾ ਉਹਨਾਂ ਨੂੰ ਭਰਾ ਨੇ ਸਾਡੇ ਵੀ ਭਾਈ ਜੋ ਮਾੜਾ ਮੋਟਾ ਆਪਸੀ ਮਨ ਮੁਟਾਵ ਹੈ ਤੁਸੀਂ ਬੈਠ ਕੇ ਇੱਕ ਜਗ੍ਹਾ ਹੱਲ ਕਰੋ ਇਹ ਇਹ ਸਮਾਂ ਹੁਣ ਇਹ ਨਹੀਂ ਹੈਗਾ ਕਿ ਮੈਂ ਆਪਣੀ ਡਫਲੀ ਖੜਕਾਉਂਦਾ ਫਿਰਾਂ ਕੋਈ ਹੋਰ ਆਪਣੀ ਡਫਲੀ ਖੜਕਾਉਂਦਾ ਫਿਰੇ ਇਹ ਸਮਾਂ ਤਾਂ ਇਕੱਠੇ ਹੋ ਕੇ ਲੜਨ ਦਾ ਦੇਖੋ ਤੁਸੀਂ ਇਹ ਦੇਖੋ ਕਿਹੜੇ ਕਿਸਾਨ ਜਥੇਬੰਦੀਆਂ ਜਿਹੜੇ ਵਿਚਾਰੇ ਬਜ਼ੁਰਗ ਜਿਨ੍ਹਾਂ ਨੇ ਆਪਣੇ ਪੋਤੇ ਨੂੰ ਆਪਣੇ ਮੋਢਿਆਂ ਉੱਤੇ ਬਿਠਾਇਆ ਉਹਦੇ ਬਜ਼ੁਰਗ ਨੇ ਉਹ ਮਾਤਾਵਾਂ ਨੇ ਜਿਹਨੇ ਆਪਣੇ ਪੁੱਤ ਪੋਤਿਆਂ ਦੇ ਨੂੰ ਆਪਣੇ ਆਪਣੇ ਵਿਰਸੇ ਦੀਆਂ ਕਹਾਣੀਆਂ ਸੁਣਾਉਂਦੇ ਨੇ ਉਹ ਅੱਜ ਸਾਰੇ ਆ ਕੇ ਸੜਕਾਂ 'ਤੇ ਬੈਠੇ ਨੇ ਮੈਂ ਖਾਸ ਕਰਕੇ ਮੈਂ ਮਾਲਵੇ ਨੂੰ ਸਲਿਊਟ ਕਰਦਾ ਜੀ ਤੁਸੀਂ ਉੱਥੇ ਯਕੀਨ ਜਾਣਿਓ ਕਿ ਹਰੇਕ ਰਿਲਾਇੰਸ ਦਾ ਪੰਪ
हरेक टोल प्लाजा हरेक कारपोरेट घराने के दर के मोहरे किसान जथेबंदियां ने बिद परिवार सहित उत्थे मोर्चे लाए आ। सो ये मोर्चे कोई ना कोई रंग जरूर लियाउणगे। की लगता है कि हुण आपां इह प्लानिंग की है कि टोल प्लाजे बंद करांगे, रिलायंस दा जिहड़े पेट्रोल पंप ने वह बंद करांगे, जियो दे सिम बंद करांगे, ये सब चीज़ां करके केंद्र सरकार नूं असीं हिला सकदे हां, कोई फर्क पवेगा? बिल्कुल जी, उन्हां दीआं जिहड़ीआं इंटैलीजेंसियां होंदीआं ने उन्हां नूं सारी पल पल की खबर। देखो देखो हिंदुस्तान का प्राइम मिनिस्टर होवे नरेंद्र मोदी, वो हरेक चौराहे के अच्छ बुत बना के बच्चे बच्चे उन्होंने जुत्तियां मार रहे, ये गल सारी उत्ते तक जाती है। उन्होंने पता भी असी काम गलत किया, तो गाहे बगाहे वो सदे भी दे रहा है भी नहीं आप बैठ के गल करते हैं भी करो, ये टॉट ना भेजो, सीधी आके गल करो भी हाँ जी आ लो साड़ी मिनिस्ट्री आ गई, तो आ लो बैठो ही गल करते हैं, जी गल नहीं सही है चेंज करो। गल तो यही है, तुम अब देखो मक्की की MSP 1875 रुपये है, पर वो जिहड़े व्यापारी लुट रहे ने वो 600-700 रुपए खरीद रहे हैं। महाराष्ट्र अज प्याज 40-50 रुपए किलो है, महाराष्ट्र का किसान जो अपने खेतों में प्याज पटता 2-3-4 रुपए मिलता। यही कारण है कि MSP सरकार तय तो करे भी नहीं यार ये MSP तो जो कोई घट लेगा उसके परचा होगा वो जुल्म है, तो पर इस गलते आ ही नहीं रहे क्योंकि ये तो इस टाइम मोदी सरकार ने तो एक बीड़ा ही ये चक लिया कि सारिया सरकारी अदारे बंद कर दिते जाएंगे, सारा मुल्क जिहड़ा इन्हां नूं लगता कि अंबानिया ते अडानिया दे कोले गहने कर देना, तो फिर जे इन्हां कोले गहने करना फिर तुसीं भी झोला चक्को भजो होर कितें, फिर इत्थे की करदे हो बैठे तुसीं? जे आही कुछ करना सरकार वह होंदी है जिन्हां ने लोगों के मसलों का हल करना, ये तो अपनी जिम्मेवारी तो भजे हुए इंसान ने। तुम देखो असं जिथे जाने हरेक जगह टैक्स, जो सड़क तो उधर जाना तो अद 130 रुपये देकर आइए, लुधियाने इधर आना फिर 130 रुपये देकर आइए, असी जो गड्डी लैने सारे रोड टैक्स तुसी साडे कोलों कटदे हो, तो ये इन्होंने अन्नी लुट मचाई हुई है। ये लुट हुण गला तक की हुण तां साडे पग नूं आ पई है, ये लुट तां हुण खमियाजा इन्हां नूं भुगतना पवेगा। बिल्कुल, की अगली रणनीति है कि दिल्ली तक जाना पिया? असी पहलां सोचा सी दिल्ली कूच करांगे, लेकिन दिल्ली चो राहुल गांधी इधर नूं आ गए, तो हुण अगली रणनीति की है कि असी अगे की करांगे? देखो जी, ये पंजाब दीआं जिन्नीआं भी किसान जथेबंदियां ने हो सकता इन्हां च भी थोड़ा बहुत वखरेवा होवे, कल पता नहीं लगा सानू, मैं भी मीडिया की गल सुनी है कि लखोवाल साहब ने अपना कोई वखरा ही राग लाप लिया, कोई पटीशन दायर कर दिती। ऑलरेडी लखोवाल तो पहले ही एजेंसियों का बंदा, सरकार का बंदा, चेयरमैनी का निगम आया, सो किसानों विच भी ये पाड़ा पाउण दा जतन कर रहा, पर किसान हुण इदां दीआं जिहड़ियां इन्हां दीआं कोझियां चालां ने, इत्थे तक कि संघ ने RSS ने बंदे छड्डे होए आ जी कि जाके इन्हां नूं खराब करो, वो सारा एक साजिश तहत लगे हुए ने भी शायद कोई असी हुण भी कहने हुंदे कि हुल्लड़बाजी किसी ने नहीं करनी, क्योंकि शरारती अंसर ने किसी भी कुछ कर दिता उदा जुम्मा इन्होंने किसान जथेबंदियां दे देना। असी अपना कलाकार भाईचारा जिन्ना भी है वह सारे किसान जथेबंदियां दे नाल, जो उन्हां दा फैसला होगा असी उस फैसले दे नाल रहांगे, क्योंकि उस बजुर्ग ने बड़े उन्हां दा तजर्बा लंबा, असी तां हुण आए हां नाल यूथ भी हुण आया, वो तो बहुत चिरां दे लगे हुए ने, तो जो भी उन्हों का फैसला होगा असं उन्होंने नाल जिते वो साड़ी ड्यूटी लाएंगे असी उन्होंने नाल तनो मनो तनो हाजिर जी। बिल्कुल, सो ये बहुत वधिया चीज़ है कि तुसी सारे कलाकार इकट्ठे होकर एकजुट होकर किसानों के नाल खड़े हो, ये सब तो वधिया चीज़ लगी। और दूजी चीज़ सब तो वधिया ये लगी आ कि टोल प्लाजे आप बंद करते, रिलायंस दे बंद करते, असी पंप बंद करते, इदा दियाँ चीज़ा जड़िया सगिया जड़िया जिन्हों के नाल केंद्र सरकार को फर्क पवेगा, मोदी सरकार को फर्क पवेगा, अंबानिया फर्क पवेगा, वो चीज़ा असी बंद करके बहुत वधिया प्लैनिंग की। आप हम प्लैनिंग नाल चल रहे हैं, अगर प्लैनिंग नाल चलेंगे हो सकता है असी सक्सैस भी होइए। बिल्कुल जी, कहिंदे हुंदे आ कि जदों संघर्ष कोई चलता तुसीं उन्हां दी दुख दी नब्ज ते हथ रखो, ये देखो ये जिहड़ा फलौर वाला टोल प्लाजा ये तो मैनूं लगदा पंजाब दा सब तो वड्डा महंगा भी है ते सब तो वड्डा कमाई दा साधन नहीं है, जदों इहदे जिहड़े मालक ने जिहड़े इहदे उपर बैठे ने हुकमरान उन्हां नूं पता लगेगा भी अज तक करोड़ रुपया आया नहीं, तो अज 50 लाख रुपया आया नहीं, उन्होंने कन्ना च गांह जो सरकनी, क्योंकि उन्होंने गांह इन्हां MP MLA पैसे दिते होंगे भाई भाई आ असी इलैक्शन लड़नी है तो आ लो, ये सब फिक्स मैच जिहड़ा होया हुंदा हुण उहदा ये हौली हौली उन्होंने कन्ना तक जूं सरकेगी। ये संघर्ष मैं तुहानूं इक वारी फिर दस दूंगा तुहाडे चैनल जरिए, एक किसान जथेबंदियां ने जिहड़ा संघर्ष है बड़े सुचुजे ढंग दे नाल ते सही ढंग दे नाल, कोई हुल्लड़बाजी नहीं, जे टोल प्लाजे ते धरना लाया किसी भी राहगीर नूं कोई प्रॉब्लम नहीं है, सारे लंघ रहे, से ये साडा मकसद नहीं है कि असी किसी नूं कोई तंग परेशान करिए, क्योंकि ये हुण मसला किसानी दा सारे पंजाब नाल जुड़िया हुआ मसला, उहदे वास्ते असी सारे इकट्ठे होए हां, सो किसी राहगीर नूं कोई प्रॉब्लम नहीं,
कोई एमरजेंसी वाला बंदा उन्हें कोई प्रॉब्लम नहीं, ये सिर्फ तो सिर्फ सरकारी जिहड़े ये कारपोरेट घराणे दे इत्थे लुट दे केंद्र खोले हुए आ उन्हां उत्ते साडा हमला। तो हौली हौली आने वाले दिनों के बीजेपी के ऑफिस आर एस एस के ऑफिसों के भी जिदा जिदा जथेबंदियां सानू हुक्म लाउणगियां उत्थे जाके धरने लाए जाणगे। सो जो इन्हां दे इस तरह इन्हां दे खिलाफ ये जिहड़ा संघर्ष है हुण लंबा हुंदा जा रहा, क्योंकि हरियाणे भी पूरी अग ऐन सुलग चुकी है, राजस्थान भी शुरू हो गया, बंगाल तो लैके केरल तक जिथे तक भी जथेबंदियां ने अपना संघर्ष वंडिया। हो सकता कि आने वाले समय से दिल्ली की कॉल आवे, क्योंकि हुण थोड़ा जिहा मोहरे वाढ़ी का भी समा किसानों ने भी जो बिजी हो जाना, तो पर संघर्ष इस तरह जारी रहेगा। जो दिल्ली की कॉल आ गई फिर दिल्ली कि बहुत दूर है जी। फिर जब 10-15 लाख बंदा जाके उत्थे दिल्ली की कली कली गली के बढ़ गया फिर की करनगे, फिर कितने डांगा तो 10,000 बंदे तो मार लेंगे, 20,000 तो मार लेंगे, जिते 15-20 लाख बंदा फिर जा बड़िया ट्रैक्टर लैके जा पैदल ही जा बड़िया फिर की करनगे, कितने गोली चलाउंगे। फिर इन्हों फैसले वापस लेने पैणगे जिथे जथेबंदियां, क्योंकि उन्होंने पता वो संघर्ष लड़दियाँ आ रही, उन्होंने पता है कि किस तरह संघर्ष अगे बढ़ा जिमें जिमें हुक्म लाने उन्होंने नाल। कहने का मतलब है कि असं सड़कों पर निकले हूँ कफन बन के सिर पर कि या तो करा तो या मरेंगे। हाँ बिल्कुल जी, मर के नहीं जंग जीती जाती, जी के लड़ांगे जिदा इन्होंने नासी चने च मा देंगे, कोई चक्कर नहीं, जिथे तक जाना पै जावे। पता उन्होंने भी है अज बीजेपी का कोई भी लीडर पंजाब का सड़कों पर नहीं आ रहा, क्यों नहीं आ रहा, उन्होंने पता कि जे असी हुण जाके लोगों कह लोगों ने सानू वैसे ही मार देना, वो घर बैठे आ। तुसीं आ देख लो साडे पंजाब का मिनिस्टर है सोम प्रकाश जिहड़ा उत्थे सेंटर सरकार दे विच घरों ही नहीं निकलता, हुण जाके पुलिस की सिक्योरिटी च बैठा भी मैनू कोई आके असी उन्हूं किसी ने मारना थोड़ा, उन्हूं यही कहना भी जाके उन्होंने दस भई भाई उत्थे आ मसला इत्थे तुसीं गलत है इहनूं सही करो, थानू वोटां लोगों ने पाइया पंजाब के लोगों ने पाइया पर पंजाब के लोगों का मसला हुण जाके कह उन्होंने, पर कितने ये सिर्फ अपनिया मिनिस्ट्रियां का नग मार रहा होर कुछ नहीं कर रहा। सो मैं आस करदा कि थोड़ा चैनल इन्हां गल्लां नूं होर लोगों के लैके जाए, लोगों को असलीयत पता लगे ता जो इन्हां दीआं जिहड़ीआं सरकारी चालां ने इन्हां तों बचिया जा सके, फिर आने वाले समय के संघर्ष जे होर लंबा चलिया तो चलावांगे, जिथे तक जाना पै जावांगे। सो बहुत बहुत शुक्रिया जी गल कर ले। बहुत मेहरबानी जी, थोड़ा शुक्रिया मेहरबानी। इस तरह तुसीं दबे कुचे ले लोगों का जिहड़ा संघर्ष है किसानी का संघर्ष है लोगों तक पल पल की खबर सही तरीके पहुँचाते रहोंगे, इस आस नाल थोड़ा बहुत बहुत शुक्रिया जी। शुक्रिया। सो दैनिक सवेरा का हमेशा यही मकसद होंगे कि असी पल पल की खबर जी जनता तक पहुँचाइए और सही खबर पहुँचाइए और अवेयर करिए लोगों को कि चीज़ थोड़े लिए सही है कि चीज़ थोड़े लिए नहीं सही है। सियासतदानों की गल की बलराज जी ने सा बहुत अच्छी गल्ला बातें की, अपने विचार सांझे किए, कलाकारों का असं थैंक्स करते हैं जोड़े कि इस मुहिम के उतरे ने किसानों के नाल, और सियासतदानों की अगर गल करिए तो सियासतदान किसी न किसी मकसद के नाल किसानों के नाल खड़े ने। मैं हमेशा यह गल करती हाँ कि किसी पार्टीबाजी के विच ना आओ, पार्टीबाजी नूं छड्ड के परे किसानों के नाल खड़े होवो और किसान अज के जोड़े लोग ने, अज का यूथ है, अज के बजुर्ग ने, अज के किसान ने, वो वाकई अवेयर हो चुके हैं। अगर जोड़े नहीं भी अवेयर वो जरूर अवेयर होन, गल्लां च ना आन। साडे पंजाब दे लोग बड़े भोले ने, गल्लां विच आ जांदे ने सियासतदानां दीआं किसी ना किसी तरीके दे नाल, वो उन्हां नूं अपने गल्लां दे विच लैके अपने वाल आकर्षित कर लैंदे ने, जो कि गलत है। लेकिन हुण टाइम है किसी दीआं गल्लां विच ना आके अपना संघर्ष जिहड़ा लगातार जारी रखो। लगता है तुहानूं कि जिहड़े थोड़े नाल ने बिना किसी मतलब तो, बिना कोई झंडा लहराए, बिना कोई मतलब दे नाल थोड़े नाल आके खड़ते ने, उही थोड़े नाल संघर्ष दे विच वाकई साथ देंगे। इस नाल ही दिओ इजाजत, नवीं ते ताज़ा अपडेट दे लई तुसीं वेखदे रहो दैनिक सवेरा। बबीता दे नाल कैमरामैन हिम्मत। All World Open Challenge 17 time gold medalist Mian Rafiq Mohammed, Pandit Maulvi Begum Tantrik, inna chora thagga to saavdan, specialist Vashikaran Satta number, love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mian Rafiq Mohammed mobile 84374 94648 84374 94648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।